ਖੈਰ ਦੀ ਲੱਕੜ ਦੇ ਨਾਲ ਭਰੀ ਇੱਕ ਪਿਕਅਪ ਗੱਡੀ ਨੂੰ ਪਿੰਡ ਵਾਸੀਆਂ ਦੇ ਵੱਲੋਂ ਕਾਬੂ ਕੀਤਾ ਗਿਆ। ਦਰਅਸਲ ਇਲਾਕੇ ਦੇ ਵਿੱਚ ਲਗਾਤਾਰ ਖੈਰ ਦੀ ਲੱਕੜ ਦੀ ਅੰਨੇਵਾਹ ਕਟਾਈ ਚੱਲ ਰਹੀ ਸੀ, ਜਿਸ ਤੋਂ ਦੁਖੀ ਹੋਏ ਪਿੰਡ ਦੇ ਲੋਕਾਂ ਨੇ ਹੁਣ ਇੱਕ ਪਿਕਅਪ ਨੂੰ ਜਦੋਂ ਘੇਰਾ ਪਾਇਆ ਤਾਂ ਚਾਲਕ ਜੋ ਹੈ ਮੌਕੇ ਤੋਂ ਫਰਾਰ ਹੋ ਗਿਆ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਨਹਿਰ ਦੇ ਨਾਲ ਲੱਗਦੀ ਖੈਰ ਦੀ ਲੱਕੜ ਜੋ ਹੈ ਲਗਾਤਾਰ ਵੱਢੀ ਜਾ ਰਹੀ ਸੀ, ਪਰ ਚੋਰਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਆਖਿਰ ਕਿਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ। ਰਾਤ ਦੇ ਸਮੇਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਅੱਜ ਜਦੋਂ ਸਵੇਰੇ ਦਾ ਸਮੇਂ ਸੀ ਤਾਂ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਪਿਕਅਪ ਦੇ ਵਿੱਚ ਖੈਰ ਦੀ ਲੱਕੜ ਲੱਦ ਕੇ ਜਦੋਂ ਲੈ ਕੇ ਆ ਰਿਹਾ ਸੀ ਤਾਂ ਅਚਾਨਕ ਹੀ ਉਹ ਰਸਤਾ ਭੁੱਲ ਜਾਂਦਾ ਅਤੇ ਪਿੰਡ ਦੀਆਂ ਤੰਗ ਗਲੀਆਂ ਦੇ ਵਿੱਚ ਆਪਣੀ ਗੱਡੀ ਨੂੰ ਫਸਾ ਬਹਿੰਦਾ। ਜਿਸ ਤੋਂ ਬਾਅਦ ਲੋਕਾਂ ਨੂੰ ਉੱਤੇ ਸ਼ੱਕ ਹੁੰਦਾ ਤਾਂ ਸ਼ੱਕ ਪੈਣ 'ਤੇ ਜਦੋਂ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ ਤਾਂ ਖਤਰਾ ਸਮਝਦੇ ਹੋਏ ਇਹ ਚਾਲਕ ਜੋ ਹੈ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਆਪਣੀ ਗੱਡੀ ਅਤੇ ਲੱਕੜ ਨੂੰ ਉੱਥੇ ਹੀ ਛੱਡ ਦਿੰਦਾ। ਉੱਥੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਲਗਾਤਾਰ ਖੈਰ ਦੀ ਲੱਕੜ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਸੀ, ਪਰ ਹੁਣ ਜਦੋਂ ਇੱਕ ਵਿਅਕਤੀ ਇੱਕ ਖੈਰ ਦੀ ਲੱਕੜ ਦੇ ਨਾਲ ਭਰੀ ਹੋਈ ਪਿਕਅਪ ਲੈ ਕੇ ਜਦੋਂ ਪਿੰਡ ਦੇ ਵਿੱਚ ਦਾਖਲ ਹੋਇਆ ਤਾਂ ਅਚਾਨਕ ਹੀ ਉਹ ਰਸਤਾ ਭੁੱਲ ਜਾਂਦਾ ਅਤੇ ਤੰਗ ਗਲੀਆਂ ਦੇ ਵਿੱਚ ਉਹ ਆਪਣੀ ਗੱਡੀ ਨੂੰ ਫਸਾ ਲੈਂਦਾ। ਜਿਸ ਤੋਂ ਬਾਅਦ ਉਹ ਜਦ ਇਕੱਠੇ ਹੁੰਦੇ ਨੇ ਤਾਂ ਚਾਲਕ ਉਹਨਾਂ ਦੇ ਸਾਹਮਣੇ ਹੀ ਮੌਕੇ ਤੋਂ ਫਰਾਰ ਹੋ ਗਿਆ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਲਾਕੇ ਦੇ ਵਿੱਚ ਖੈਰ ਦੀ ਲੱਕੜ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਸੀ। ਤਾਂ ਦੱਸ ਦਈਏ ਕਿ ਖੈਰ ਦੀ ਲੱਕੜ ਕਾਫੀ ਜ਼ਿਆਦਾ ਮਹਿੰਗੀ ਹੁੰਦੀ ਹੈ ਅਤੇ ਚੋਰਾਂ ਦੇ ਵੱਲੋਂ ਲਗਾਤਾਰ ਨਹਿਰ ਦੇ ਕਿਨਾਰੇ ਦੇ ਉੱਤੇ ਰਾਤ ਦੇ ਸਮੇਂ ਇਸ ਲੱਕੜ ਨੂੰ ਅੰਨੇਵਾਹ ਵੱਢਿਆ ਜਾ ਰਿਹਾ ਸੀ ਅਤੇ ਵੇਚਿਆ ਜਾ ਰਿਹਾ ਸੀ ਅਤੇ ਹੁਣ ਇੱਕ ਪਿਕਅਪ ਗੱਡੀ ਨੂੰ ਜ਼ਬਤ ਕੀਤਾ ਗਿਆ। ਫਿਲਹਾਲ ਮੌਕੇ 'ਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ, ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਗੱਡੀ ਅਤੇ ਲੱਕੜ ਨੂੰ ਜ਼ਬਤ ਕਰ ਲਿਆ। ਤਾਂ ਟਾਂਡਾ ਤੋਂ ਇਹ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ 4:30 ਵਜੇ ਨਾ ਗੱਡੀ ਸਾਡੇ ਇੱਧਰੋਂ ਲੰਘੀ ਸੀਗੀ ਅਤੇ ਉਹ ਬੰਦੇ ਕੋਲ ਮੁੜੀ ਨਹੀਂ ਜਾ ਰਹੀ ਸੀ ਗੱਡੀ। ਫਿਰ ਅਸੀਂ ਪੁੱਛਿਆ ਕਿ ਭਾਅ ਜੀ ਕਿੱਧਰ ਤੁਸੀਂ ਗੱਡੀ ਕਾਹਤੋਂ ਆਏ ਇੱਧਰ? ਕਹਿੰਦਾ ਮੈਂ ਨਾ ਮਕੇਰੀਆਂ ਨੂੰ ਜਾਣਾ ਹੈ ਅਤੇ ਤਾਂ ਕਰਕੇ ਇੱਧਰ ਨੂੰ ਆਇਆ ਸੀਗਾ। ਭਰਾਵਾ ਇਹ ਮਕੇਰੀਆਂ ਦੀ ਸੜਕ ਨਹੀਂ ਹੈਗੀ, ਪਿੰਡ 'ਚ ਵੜ ਲਈ ਗੱਡੀ ਅਤੇ ਉਹ ਨਾ ਫੋਨ ਕਰਦਾ ਪਿਆ ਸੀਗਾ ਅਤੇ ਡਰਿਆ ਜਿਹਾ ਲੱਗਦਾ ਪਿਆ ਸੀ। ਉੱਥੇ ਫਿਰ ਕਹਿੰਦਾ ਗੱਡੀ ਇੱਥੋਂ ਮੋੜਦਾ ਪਿਆ ਪਿੱਛੋਂ, ਕਹਿੰਦਾ ਨਹੀਂ ਅੱਗਿਓਂ ਮੁੜਨੀ ਹੈ। ਇੱਥੇ ਆ ਕੇ ਫਿਰ ਗੱਡੀ ਖੜੀ ਕੀਤੀ ਅਤੇ ਜਦੋਂ ਉਹਨੇ ਦੇਖਿਆ ਕਿ ਪੁੱਛ ਗਿੱਛ ਹੋਣ ਲੱਗ ਪਈ ਹੈ, ਖੜੀ ਗੱਡੀ ਕਰਕੇ ਨਾ ਸਟਾਰਟ ਕਰਕੇ ਛੱਡ ਕੇ ਚੱਲ ਗਿਆ। ਚਾਬੀ ਵੇਚੀ ਸੀਗੀ ਅਤੇ ਆਪਣੇ ਨਾਲ ਇੱਕ ਕੋਈ ਸਮਾਨ ਲੈ ਕੇ ਚੱਲ ਗਿਆ। ਸਵੇਰੇ ਸਰ ਜੋ ਇਹਨਾਂ ਦੱਸਿਆ ਉਹੀ ਹੋਇਆ। ਸਵੇਰੇ ਗੱਡੀ ਆਈ ਸੀਗੀ, ਅੱਗੇ ਪਿੱਛੇ ਕਰਦਾ ਪਿਆ ਸੀਗਾ ਅਤੇ ਅਸੀਂ ਜਿਲੇ ਪੁੱਛਿਆ ਤਾਂ ਲੈ ਕੇ ਦੌੜ ਗਿਆ। ਡਿਪਾਰਟਮੈਂਟ ਨੂੰ ਤੇ ਪਰ ਕਿਸੇ ਨੇ ਕੋਈ ਗੌਰ ਨਹੀਂ ਕਰਦੀ ਇਹਦੇ ਬਾਰੇ ਤੇ ਅੱਜ ਤੇ ਅਚਾਨਕ ਇੱਥੇ ਗੱਡੀ ਫੜੀ ਗਈ ਹੈ। ਜਾਂ ਤਾਂ ਬੰਦਾ ਮਕੇਰੀਆਂ ਨੂੰ ਜਾਂਦੇ ਸੀ ਜਾਂ ਤਾਂ ਰਸਤਾ ਭੁੱਲ ਗਿਆ ਆਪਣਾ ਤੇ ਇਸ ਕਰਕੇ ਇੱਥੇ ਅੱਗੇ ਮੁੰਡੇ ਖੜੇ ਸੀਗੇ ਤੇ ਵਿੱਚ ਇੱਕ ਦੁੱਧ ਦੀ ਕੈਨੀ ਵੀ ਹੈ ਵਿੱਚ ਜਿੱਦਾਂ ਦੇ ਗੁੱਜਰ ਭਾਈਚਾਰੇ ਨੇ ਰੱਖੀ ਹੁੰਦੀ ਇਹ ਹਿਸਾਬ ਲੱਗਦਾ ਤੇ ਅੱਗੇ ਕੋਈ ਅੱਗੇ ਵੀ ਕਾਫੀ ਚੋਰੀ ਹੋਈ। ਉਹ ਬੰਦਾ ਫਰਾਰ ਹੋ ਗਿਆ, ਸ਼ਾਇਦ ਉਹਦੇ ਕੋਲ ਕੋਈ 5 ਕਿਲੋ ਦੀ ਕੋਈ ਚੀਜ਼ ਸੀਗੀ, ਹੋ ਸਕਦਾ ਕੋਈ ਕਟਰ ਹੋ ਗਿਆ ਯਾਰ ਆ, ਉਹ ਬੋਰੀ ਲੈ ਕੇ ਇੱਥੋਂ ਭੱਜ ਗਿਆ। ਮਹਿਕਮੇ ਨੇ ਸੂਚਿਤ ਕੀਤਾ ਤਾਂ ਆਏ ਮਹਿਰੇ ਨੂੰ ਸਰਪੰਚ ਸਾਹਿਬ ਨੇ ਸੂਚਿਤ ਕੀਤਾ, ਆ ਗਏ ਮਹਿਕਮੇ ਨੇ। ਇਹ ਪਿੰਡ ਦੇ ਮੁੰਡਿਆਂ ਨੇ ਫੜੀ ਹੈ ਸਵੇਰੇ ਤੜਕੇ 4 ਵਜੇ ਸਾਨੂੰ ਕਾਲ ਆਈ ਹੈ ਕਿ ਤੁਹਾਡੇ ਜੰਗਲਾਤ ਵਿੱਚ ਖੈਰ ਦੀ ਲੱਕੜ ਵੱਢੀ ਜਾ ਰਹੀ ਹੈ ਔਰ ਸਾਡੇ ਪਿੰਡ ਵਿੱਚ ਉਹ ਗੱਡੀ ਫੜੀ ਗਈ ਹੈ, ਮੁੰਡਿਆਂ ਵੱਲੋਂ ਫੜੀ ਗਈ ਹੈ। ਇਹ ਨਹਿਰ ਤੋਂ ਜੰਗਲਾਤ ਵਿੱਚ ਲੱਗੇ, ਜੰਗਲਾਤ ਹੈਗਾ ਸਾਡੇ ਪਿੰਡ ਦੇ ਨਹਿਰ ਦੇ ਕੰਢੇ ਅਤੇ ਉੱਥੋਂ ਵੱਢੀ ਜਾ ਰਹੀ ਹੈ। ਅੱਗੇ ਵੀ ਵੱਢਦੀ, ਜੰਗਲਾਤ ਵਿਭਾਗ ਜਿਹੜਾ ਹੈ ਉਹ ਸੁੱਤਾ ਪਿਆ ਹੈ, ਉਹਨਾਂ ਨੂੰ ਅੱਗੇ ਵੀ ਕਈ ਵਾਰੀ ਇਹ ਕੰਪਲੇਨਾਂ ਕੀਤੀਆਂ ਗਈਆਂ।
ਅਸੀਂ ਕਹਿੰਦੇ ਹਾਂ ਕਿ ਇਹ ਰੋਕਿਆ ਜਾਵੇ, ਇਸ ਨੂੰ ਰੋਕਿਆ ਜਾਵੇ ਔਰ ਜਿਹੜੇ ਵੱਢਣੇ ਵਾਲੇ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਰਾਤ ਦੇ ਸਮੇਂ 4:30 ਸਰਪੰਚ ਸਾਹਿਬ ਦਾ ਫੋਨ ਆਇਆ ਵਨ ਡੀ ਐਫ ਦਸੂਹਾ ਨੂੰ, ਅਤੇ ਸਾਨੂੰ ਮੈਸੇਜ ਆਇਆ ਕਿ ਇੱਥੇ ਪਿੰਡ ਦੇ ਵਿੱਚ ਨਾ ਕੋਈ ਬੰਦੇ ਆਏ ਖੈਰ ਦੀ ਜਿਹੜੀ ਲੱਕੜ ਸੀ ਵਿੱਚ, ਅਤੇ ਉੱਥੇ ਗੱਡੀ ਛੱਡ ਕੇ ਜਿਹੜੇ ਭੱਜ ਗਏ, ਅਤੇ ਮੌਕੇ 'ਤੇ ਅਸੀਂ ਵੀ ਇੱਥੇ ਪਹੁੰਚੇ ਹਾਂ ਅਤੇ ਦੇਖਿਆ ਗੱਡੀ ਹੈਗੀ ਹੈ ਅਤੇ ਇੱਥੇ ਡਰਾਈਵਰ ਕੋਈ ਨਹੀਂ ਹੈ, ਅਤੇ ਬਾਕੀ ਇਨਵੈਸਟੀਗੇਸ਼ਨ ਦੇਖਦੇ ਵੀ ਕਿ ਬੜੋਏ ਕਿੱਥੋਂ ਆ, ਵੇਖ ਕੇ ਅਸੀਂ ਜਿਹੜੀ ਸਾਡੀ ਕਾਰਵਾਈ ਬਣੂਗੀ ਆਪਾਂ ਕਰਾਂਗੇ। ਪਹਿਲਾਂ ਤਾਂ ਗੱਡੀ ਵਿੱਚ ਬੂਟੇ 'ਤੇ 2 ਬੂਟੇ ਹੋਣਗੇ ਜੀ, ਕਾਰਵਾਈ ਪਹਿਲਾਂ ਤਾਂ ਟਰੇਸ ਕਰਾਂਗੇ ਗੱਡੀ ਤੋਂ, ਗੱਡੀ ਹੈ ਕਿੱਥੋਂ ਦੀ ਹੈ, ਅਤੇ ਇਹਦੀ ਆਰਸੀ ਤੋਂ ਟਰੇਸ ਕਰਾਂਗੇ ਜਾਂ ਇਹਦੀ ਆਪਣੇ ਇੰਜਨ ਨੰਬਰ ਪਾ ਕੇ ਦੇਖਾਂਗੇ, ਅਤੇ ਦੇਖਾਂਗੇ ਲੱਗਦੀ ਜਿਹੜੀ ਗੁੱਜਰ ਦੀ ਪਈ ਹੈ ਜਿੱਦਾਂ ਲਿਖਿਆ ਉੱਤੇ ਵਿੱਚ ਡੋਲਣੀ ਪਈ ਹੈ, ਅਤੇ ਦੇਖ ਕੇ ਆਪਾਂ ਜਿਹੜਾ ਵੀ ਹੋਊਗਾ ਉੱਥੇ ਪੁੱਛਪਰਚਾ ਵੀ ਦਰਜ ਕਰਾਵਾਂਗੇ। ਇਹ ਮੁਕੇਰੀ ਹਾਈਡਲ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ, ਕੋਈ ਵੀ ਬੂਟਾ ਨਹੀਂ ਛੱਡਿਆ, ਬਹੁਤ ਖੈਰ ਲੱਗਾ ਸੀ ਉਹਦੇ ਬਾਰੇ, ਵੈਸੇ ਵਿਭਾਗ ਕੀ ਕਰ ਰਿਹਾ ਮਤਲਬ? ਅਸੀਂ ਤਾਂ ਦੇਖੋ ਜਿਹੜਾ ਬੂਟਾ ਬਣਾਉਂਦਾ ਉਹ ਅਸੀਂ ਤਾਂ ਫੜ ਕੇ ਉਹਦੀ ਜਿਹੜਾ ਸਾਨੂੰ ਫੜਿਆ ਜਾਂਦਾ ਦੋਸ਼ੀ ਉਹ 'ਤੇ ਆਪਾਂ ਡੈਮ ਰਿਪੋਰਟ ਕੱਟ ਕੇ ਉਹਦੀ ਕਾਰਵਾਈ ਕਰਦੇ ਹਾਂ, ਜਿਹੜਾ ਸਾਡਾ ਐਕਟ ਹੈਗਾ ਇੱਕ ਉਹਦੇ 'ਚੋਂ ਜੁਰਮਾਨਾ ਲੈ ਸਕਦੇ ਹਾਂ, ਮਤਲਬ ਕਿ ਜਿਹੜਾ ਇਹ ਜਿੱਦਾਂ ਜਿਸ ਤਰ੍ਹਾਂ ਗੁੱਜਰ ਹੈ ਭੱਜਿਆ ਇਹ 'ਤੇ ਅਸੀਂ ਪੁੱਛਪਰਚਾ ਕਰਾਵਾਂਗੇ ਕਿ ਗਾਂਹ ਵਾਸਤੇ ਇਹੋ ਜਿਹਾ ਕੰਮ ਦੁਬਾਰਾ ਨਾ ਹੋ ਸਕੇ।